ਖੇਤਾਂ ਦੇ ਵਿੱਚ ਅੱਗ ਕਿੰਨੀ ਕੁ ਜ਼ਿਆਦਾ ਲੱਗ ਚੁੱਕੀ ਹੈ। ਕਿਸਾਨ ਦੀ ਖੜੀ ਫਸਲ ਨੂੰ ਲੱਗੀ ਅੱਗ। ਨੌਜਵਾਨ ਜਿਹੜੇ ਹੈ ਉਹ ਦੇਖੋ ਤੁਸੀਂ ਖੇਤਾਂ ਦੇ ਵਿੱਚ ਅੱਗ ਬੁਝਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ। ਚੌਦਾਂ ਏਕੜ ਕਣਕ ਸੜ ਕੇ ਸਵਾ। ਮੰਤਰੀ ਅਨਮੋਲ ਗਗਨ ਮਾਨ ਮੌਕੇ ਤੇ ਪਹੁੰਚੇ, ਜਾਇਜ਼ਾ ਲੈਣ। ਮੁਆਵਜ਼ਾ ਦੇਣ ਦਾ ਦਿੱਤਾ ਭਰੋਸਾ। ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਵੀ ਲਿਆ ਜਾਇਜ਼ਾ। ਕਿਸਾਨ ਦੇ ਉਸ ਵੇਲੇ ਸੁਪਨੇ ਟੁੱਟ ਗਏ ਜਦੋਂ ਪੁੱਤਾਂ ਵਾਂਗੂ ਪਾਲੀ ਖੜੀ ਫਸਲ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਖਰੜ ਦੇ ਪਿੰਡ ਦੇਸੂ ਮਾਜਰਾ ਦਾ ਇਹ ਮਾਮਲਾ ਜਿੱਥੇ ਕਿਸਾਨ ਦੇ 14 ਏਕੜ ਫਸਲ ਸੜ ਕੇ ਸਵਾਹ ਹੋ ਗਈ, ਜਿਸ ਤੋਂ ਬਾਅਦ ਮੰਤਰੀ ਅਨਮੋਲ ਗਗਨ ਮਾਨ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਮੌਕੇ ਤੇ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਉਹਨਾਂ ਦੇ ਵੱਲੋਂ ਪੀੜਿਤ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਗਿਆ। ਜਿੱਥੇ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਕਿਸਾਨ ਨਾਲ ਦੁੱਖ ਵੰਡਾਇਆ, ਉੱਥੇ ਉਹਨਾਂ ਨੂੰ ਜਲਦ ਹੀ ਮੁਆਵਜ਼ਾ ਦੇਣ ਦਾ ਵੀ ਆਸ਼ਵਾਸਨ ਦਿੱਤਾ। ਕਿੰਨੀ ਕੁ ਦੇਰ ਪਹਿਲਾਂ ਪਤਾ ਲੱਗਿਆ ਇੱਥੋਂ? ਮੈਨੂੰ 25 ਮਿੰਟ ਪਹਿਲਾਂ ਪਤਾ ਲੱਗਿਆ ਜੀ ਉੱਥੋਂ। ਮੈਨੂੰ ਐਕਚੁਲੀ ਮੈਂ ਆਪਣੇ ਫਾਰਮ 'ਤੇ ਸੀਗਾ ਅਤੇ ਮੈਨੂੰ ਹੈਪੀ ਦਾ ਫੋਨ ਆਇਆ, ਇੱਦਾਂ ਕਰਕੇ ਮੈਂ ਕਿਹਾ ਮੈਂ ਹੁਣੇ ਆ ਰਿਹਾ। ਉਦੋਂ ਬਾਅਦ ਫਿਰ ਸਾਨੂੰ ਕਨਫਿਊਜ਼ਨ ਹੋ ਗਿਆ ਅਤੇ ਅਸੀਂ ਥੋੜ੍ਹਾ ਬਲੌਂਗੀ ਵੀ ਤੋਂ ਯੂਟਰਨ ਲੈ ਕੇ ਆਏ ਹਾਂ ਇੱਥੇ। ਇੱਧਰ ਜਾਮ ਬੜਾ ਲੱਗਿਆ ਹੋਇਆ ਸੀ। ਬੜਾ ਅਫਸੋਸ ਹੈ ਕਿ ਛੋਟਾ ਵੀ ਸੰਦੀਪ ਦਾਓ ਮੇਰੇ ਹਲਕੇ ਦੇ ਰਹਿਣ ਵਾਲੇ ਨੇ, ਕਿ ਇਹਨਾਂ ਦਾ ਬਹੁਤ ਵੱਡਾ ਲੋਸ ਹੈ। ਦੈਨਿਕ ਸਵੇਰਾ ਟੀਵੀ ਦੇ ਲਈ ਨੀਰੂ ਦੀ ਰਿਪੋਰਟ। ਕਿਸਾਨ ਦੇ ਉਸ ਵੇਲੇ ਸੁਪਨੇ ਟੁੱਟ ਗਏ ਜਦੋਂ ਪੁੱਤਾਂ ਵਾਂਗੂ ਪਾਲੀ ਖੜੀ ਫਸਲ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਖਰੜ ਦੇ ਪਿੰਡ ਦੇਸੂ ਮਾਜਰਾ ਦਾ ਇਹ ਮਾਮਲਾ ਜਿੱਥੇ ਕਿਸਾਨ ਦੇ 14 ਏਕੜ ਫਸਲ ਸੜ ਕੇ ਸਵਾਹ ਹੋ ਗਈ, ਜਿਸ ਤੋਂ ਬਾਅਦ ਮੰਤਰੀ ਅਨਮੋਲ ਗਗਨ ਮਾਨ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਮੌਕੇ ਤੇ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਉਹਨਾਂ ਦੇ ਵੱਲੋਂ ਪੀੜਿਤ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਗਿਆ। ਜਿੱਥੇ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਕਿਸਾਨ ਨਾਲ ਦੁੱਖ ਵੰਡਾਇਆ, ਉੱਥੇ ਉਹਨਾਂ ਨੂੰ ਜਲਦ ਹੀ ਮੁਆਵਜ਼ਾ ਦੇਣ ਦਾ ਵੀ ਆਸ਼ਵਾਸਨ ਦਿੱਤਾ। ਕਿੰਨੀ ਕੁ ਦੇਰ ਪਹਿਲਾਂ ਪਤਾ ਲੱਗਿਆ ਇੱਥੋਂ? ਮੈਨੂੰ 25 ਮਿੰਟ ਪਹਿਲਾਂ ਪਤਾ ਲੱਗਿਆ ਜੀ ਉੱਥੋਂ। ਮੈਨੂੰ ਐਕਚੁਲੀ ਮੈਂ ਆਪਣੇ ਫਾਰਮ 'ਤੇ ਸੀਗਾ ਅਤੇ ਮੈਨੂੰ ਹੈਪੀ ਦਾ ਫੋਨ ਆਇਆ, ਇੱਦਾਂ ਕਰਕੇ ਮੈਂ ਕਿਹਾ ਮੈਂ ਹੁਣੇ ਆ ਰਿਹਾ। ਉਦੋਂ ਬਾਅਦ ਫਿਰ ਸਾਨੂੰ ਕਨਫਿਊਜ਼ਨ ਹੋ ਗਿਆ ਅਤੇ ਅਸੀਂ ਥੋੜ੍ਹਾ ਬਲੌਂਗੀ ਵੀ ਤੋਂ ਯੂਟਰਨ ਲੈ ਕੇ ਆਏ ਹਾਂ ਇੱਥੇ। ਇੱਧਰ ਜਾਮ ਬੜਾ ਲੱਗਿਆ ਹੋਇਆ ਸੀ। ਬੜਾ ਅਫਸੋਸ ਹੈ ਕਿ ਛੋਟਾ ਵੀ ਸੰਦੀਪ ਦਾਓ ਮੇਰੇ ਹਲਕੇ ਦੇ ਰਹਿਣ ਵਾਲੇ ਨੇ, ਕਿ ਇਹਨਾਂ ਦਾ ਬਹੁਤ ਵੱਡਾ ਲੋਸ ਹੈ। ਦੈਨਿਕ ਸਵੇਰਾ ਟੀਵੀ ਦੇ ਲਈ ਨੀਰੂ ਦੀ ਰਿਪੋਰਟ। ਕਿਸਾਨ ਦੇ ਉਸ ਵੇਲੇ ਸੁਪਨੇ ਟੁੱਟ ਗਏ ਜਦੋਂ ਪੁੱਤਾਂ ਵਾਂਗੂ ਪਾਲੀ ਖੜੀ ਫਸਲ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਖਰੜ ਦੇ ਪਿੰਡ ਦੇਸੂ ਮਾਜਰਾ ਦਾ ਇਹ ਮਾਮਲਾ ਜਿੱਥੇ ਕਿਸਾਨ ਦੇ 14 ਏਕੜ ਫਸਲ ਸੜ ਕੇ ਸਵਾਹ ਹੋ ਗਈ, ਜਿਸ ਤੋਂ ਬਾਅਦ ਮੰਤਰੀ ਅਨਮੋਲ ਗਗਨ ਮਾਨ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਮੌਕੇ ਤੇ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਉਹਨਾਂ ਦੇ ਵੱਲੋਂ ਪੀੜਿਤ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਗਿਆ। ਜਿੱਥੇ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਕਿਸਾਨ ਨਾਲ ਦੁੱਖ ਵੰਡਾਇਆ, ਉੱਥੇ ਉਹਨਾਂ ਨੂੰ ਜਲਦ ਹੀ ਮੁਆਵਜ਼ਾ ਦੇਣ ਦਾ ਵੀ ਆਸ਼ਵਾਸਨ ਦਿੱਤਾ। ਕਿੰਨੀ ਕੁ ਦੇਰ ਪਹਿਲਾਂ ਪਤਾ ਲੱਗਿਆ ਇੱਥੋਂ? ਮੈਨੂੰ 25 ਮਿੰਟ ਪਹਿਲਾਂ ਪਤਾ ਲੱਗਿਆ ਜੀ ਉੱਥੋਂ। ਮੈਨੂੰ ਐਕਚੁਲੀ ਮੈਂ ਆਪਣੇ ਫਾਰਮ 'ਤੇ ਸੀਗਾ ਅਤੇ ਮੈਨੂੰ ਹੈਪੀ ਦਾ ਫੋਨ ਆਇਆ, ਇੱਦਾਂ ਕਰਕੇ ਮੈਂ ਕਿਹਾ ਮੈਂ ਹੁਣੇ ਆ ਰਿਹਾ। ਉਦੋਂ ਬਾਅਦ ਫਿਰ ਸਾਨੂੰ ਕਨਫਿਊਜ਼ਨ ਹੋ ਗਿਆ ਅਤੇ ਅਸੀਂ ਥੋੜ੍ਹਾ ਬਲੌਂਗੀ ਵੀ ਤੋਂ ਯੂਟਰਨ ਲੈ ਕੇ ਆਏ ਹਾਂ ਇੱਥੇ। ਇੱਧਰ ਜਾਮ ਬੜਾ ਲੱਗਿਆ ਹੋਇਆ ਸੀ। ਬੜਾ ਅਫਸੋਸ ਹੈ ਕਿ ਛੋਟਾ ਵੀ ਸੰਦੀਪ ਦਾਓ ਮੇਰੇ ਹਲਕੇ ਦੇ ਰਹਿਣ ਵਾਲੇ ਨੇ, ਕਿ ਇਹਨਾਂ ਦਾ ਬਹੁਤ ਵੱਡਾ ਲੋਸ ਹੈ। ਦੈਨਿਕ ਸਵੇਰਾ ਟੀਵੀ ਦੇ ਲਈ ਨੀਰੂ ਦੀ ਰਿਪੋਰਟ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।